ਇਹ ਐਫ 533 ਵੈਰਾਈਟੀ ਜਿਹੜੀ ਆ ਸਾਡੇ ਅੰਦਾਜ਼ੇ ਦੇ ਮੁਤਾਬਕ ਇਹਨੇ ਸਾਡੀ ਸੋਚ ਤੋਂ ਵੱਧ ਕੇ ਅਲਹਮਦੁਲਿਲਾ ਸਾਨੂੰ ਰਿਜ਼ਲਟ ਦਿੱਤਾ ਸਾਬ ਇਸਪੇ ਇਹ ਟਿੰਡੇ ਇੱਕ ਪੌਦੇ ਦੇ ਉੱਪਰ ਕਿੰਨੇ ਹੈ ਤਕਰੀਬਨ ਅੰਦਾਜ਼ਨ ਇਹ ਤਕਰੀਬਨ ਜੀ ਲੱਗ ਰਿਹਾ ਅਕਾਊਂਟਿੰਗ ਤੇ ਨਹੀਂ ਕੀਤੀ ਤੇ ਤੁਹਾਡਾ ਕੈਮਰਾ ਜਿਹੜਾ ਵਾ ਕੈਮਰਾਮੈਨ ਅਗਰ ਤੁਹਾਨੂੰ ਦਿਖਾਵੇ ਇਹ 100 ਪਲੱਸ ਟਿੰਡੇ ਆ ਇਹ ਵੇਖੋ ਇਹ ਦੇਖੋ ਇਸ ਹਰ ਪੌਦਾ ਜਿਹੜਾ ਇਨਸ਼ਾਅੱਲਾ ਤੁਹਾਨੂੰ 100 ਪਲੱਸ ਮਿਲੇਗਾ ਕਿ ਇਹ ਨਹੀਂ ਹੈਗਾ ਜ਼ਿੰਮੇਦਾਰ ਜਿਹੜੇ ਆ ਉੱਥੇ ਲੈ ਜਾਂਦੇ ਆ ਤੁਹਾਨੂੰ ਕਿ ਵੀ ਜਿੱਥੇ ਕੋਈ ਦੋ ਚਾਰ ਪੌਦੇ ਹੋਣ अगर थोड़ा कैमरा मैन दिखा सकता या देखो मेरे एक सान दोस्तों आज हम मौजूद हैं कॉटन के एक फील्ड के अंदर कपास के और हमारे साथ जो ज़मींदार मौजूद हैं आबिद साहब उनसे पूछते हैं कि ये वैरायटी कौन सी है माशाल्लाह से ये जो इसको टीडे लगे हुए हैं ये तो माशाल्लाह से पूरा पौधा जो है वो भरा पड़ा है मैं आपको ये करीब करके ज़रा दिखा रहा हूँ ਜੀ ਅਸਲਾਮੁਅਲੈਕਮ ਅਬਸਾਬ ਜੀ ਵੈਲਕਮ ਸਲਾਮ ਅਬਸਾਬ ਇਹ ਕੌਣ ਸੀ ਕਪਾਸ ਦੀ ਵੈਰਾਈਟੀ ਹੈ ਇਹ ਸਰ ਹੈਗੀ ਆ ਐਫ ਐਚ 333 ਇਹ ਕਦ ਕਾਸ਼ ਕੀਤੀ ਇਹ ਅਸੀਂ ਅਪ੍ਰੈਲ ਦੇ ਐਂਡ ਤੇ ਕਾਸ਼ ਕੀਤਾ ਸੀ ਜੀ ਅੱਛਾ ਜੀ ਤੋਂ ਇਹ ਇਸ ਵਿੱਚ ਇਹ ਆਪਨੇ ਪਹਿਲੇ ਇਸ ਦੀ ਚੁਣਾਈ ਚੁਣਾਈ ਕੀਤੀ ਹੈ ਇਹ ਦੇਖੀਏ ਮੈਂ ਚੁਣਾਈ ਫੈਲਾਸੀ ਕੀਤੀ ਹੈ ਜੀ ਅਲਹਮਦੁਲਿਲਾ ਸਾਡੀ ਪਰ ਇਕੜ ਦੀ ਜਿਹੜੀ ਇਸ ਟਾਈਮ ਐਵਰੇਜ ਆਈ ਆ ਉਹ ਤਕਰੀਬਨ 10 ਮਣ ਦੀ ਬਣਦੀ ਆ ਇੱਕ ਦਫਾ ਅਸੀਂ ਇਹਦੀ ਪਹਿਲੀ ਚੜਾਈ ਕਰ ਲਈ ਆ ਜੀ ਜੀ ਤੇ ਇਸ ਤਰ੍ਹਾਂ ਦੇ ਬੂਟੇ ਤਕਰੀਬਨ ਫੀਲਡ ਦੇ ਵਿੱਚ ਸੇਮ ਐਵੇਂ ਦੇ ਹੀ ਨੇ ਜੀ ਇਹ ਐਫਐਕ 333 ਵੈਰਾਈਟੀ ਜਿਹੜੀ ਆ ਸਾਡੇ ਅੰਦਾਜ਼ੇ ਦੇ ਮੁਤਾਬਕ ਇਹਨੇ ਸਾਡੀ ਸੋਚ ਤੋਂ ਵੱਧ ਕੇ ਅਲਹਮਦੁਲਿਲਾ ਸਾਨੂੰ ਰਿਜ਼ਲਟ ਦਿੱਤਾ ਕਿ ਜੋ ਅਸੀਂ ਇਹਦੇ ਚ ਖਾਦ ਖੁੱਦ ਦਾ ਇਸਤੇਮਾਲ ਕੀਤਾ ਨਾ ਉਹਨੂੰ ਇਨੇ ਜ਼ਾਇਆ ਨਹੀਂ ਕੀਤਾ ਉਹਨੇ ਪੂਰਾ ਟਿੰਡੇ ਬਣਾਏ ਆ ਤੇ ਤਕਰੀਬਨ ਤੁਹਾਡੇ ਸਾਹਮਣੇ ਆ ਜੀ ਕਹਿਣ ਦੀ ਜ਼ਰੂਰਤ ਨਹੀਂ ਤੁਹਾਨੂੰ ਇਹ ਤੁਹਾਡੇ ਸਾਹਮਣੇ ਹਰ ਚੀਜ਼ ਨਜ਼ਰ ਆ ਰਹੀ ਹੈ ਇਹ ਸ਼ਾਖਾਂ ਨੇ ਇਹਦੀਆਂ ਸਾਰੀਆਂ ਜੀ ਅੱਛਾ ਇਹ ਇੱਕ ਸ਼ਾਖਾ ਹੈ ਅੱਛਾ ਇਹ ਇੱਕ ਹੀ ਪੌਦੇ ਦੀ ਸਾਰੀ ਸ਼ਾਖਾ ਹੈ ਹਾਂ ਨੀਚੋਂ ਵੀ ਦੇਖ ਲਓ ਤੁਸੀਂ ਕੈਮਰਾ ਕਰੋ ਨਾ ਨੀਚੋਂ ਜੀ ਹਾਂ ਇਹ ਸਾਰੀਆਂ ਇਸੇ ਯਾਨੀ ਕਿ ਪੌਦੇ ਦੀਆਂ ਵਾਂ ਦੂਸਰਾ ਆਪਣਾ ਸ਼ਾਖਾ ਨੇ ਜੀ ਅੱਛਾ 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 ਜੀ April ਮੇ ਕਾਸ਼ ਕੀਆ ਥਾ ਆਪਨੇ ਜੀ ਹਾਂ ਜੀ April ਦੇ ਐਂਡ ਤੇ ਅੱਛਾ ਔਰ ਇਹ ਜਾੜੀ ਨਾ ਮਾ ਪੌਦਾ ਹੈ ਸਾਰੇ ਇਸਕਾ ਇਹ ਇਹ ਤਕਰੀਬਨ ਇਹਨੂੰ ਜਹਾੜੀ ਨਾਮ ਵੀ ਕਹਿ ਸਕਦੇ ਆ ਇਹ ਜ਼ਿਆਦਾ ਇਨੀਆਂ ਲੰਮੀਆਂ ਆਪਣੀਆਂ ਨਹੀਂ ਯਾਨੀ ਕਿ ਸ਼ਾਖਾ ਕਰਦਾ ਜੀ ਇਹ ਕੋ ਗੱਠ ਕੇ ਡੇਡ ਡੜ ਗੱਠ ਦੋ ਦੋ ਗੱਠ ਤੱਕ ਯਾਨੀ ਕਿ ਇਹਦੀਆਂ ਸ਼ਾਖਾ ਹੁੰਦੀਆਂ ਤਾਂ ਉਹਨਾਂ ਦੇ ਉੱਤੇ ਫਿਰ ਆ ਟੀਂਡੇ ਲੱਗਦੇ ਆ ਚੈੱਕ ਕਰ ਲੋ ਇਹ ਹੱਲੇ ਵੀ ਅਲਹਮਦੁਲਿਲਾ ਇਹ ਕਰੀ ਜਾਂਦੇ ਆ ਆਪਣੀ ਦੂਸਰਾ ਗ੍ਰੋਥ ਇਹਦੀ ਹੋ ਰਹੀ ਆ ਇਹ ਇਨਸ਼ਾਅੱਲਾ ਕੋਈ 8 8 10 10 ਹੋਰੇ ਬਣਾਏਗਾ ਅੱਛਾ ਇਸ ਕੋ ਆਪਨੇ ਕੀ ਕੀ ਖੁਰਾਕ دی ਏ ਜੀ ਅਸੀਂ ਪਹਿਲਾਂ ਇਹਦਾ ਇਸਤੇਮਾਲ ਡੀਏਪੀ ਦਾ ਵੀ ਕੀਤਾ ਫਿਰ ਉਸ ਤੋਂ ਬਾਅਦ ਜਿਹੜੇ ਆ ਨਾ ਸਾਨੂੰ ਦੱਸਿਆ ਸੀਗਾ ਕਿ ਫਾਸਫੋਰਸ ਦੇ ਨਾਲ ਜਿਹੜਾ ਹੈਗੇ ਆ ਤੁਸੀਂ ਬੁਰਾਨ ਹੋ ਗਿਆ ਫਿਰ ਉਸ ਤੋਂ ਬਾਅਦ ਸਲਫਰ ਹੋ ਗਿਆ ਫਿਰ ਜ਼ਿੰਕ ਹੋ ਗਿਆ ਅਸੀਂ ਉਹ ਸਾਰੀਆਂ ਖਾਦਾਂ ਇਸਤੇਮਾਲ ਕੀਤੀਆਂ ਨੇ ਜਿਹਦੇ ਵਿੱਚ ਤੁਸੀਂ ਲਾ ਲੋ ਕਿ ਵੀ ਖਾਦ ਦੇ ਵਿੱਚ ਫਾਸਫੋਰਸ ਡੀਏਪੀ ਆ ਗਈ ਆ ਤੇ ਯੂਰੀਆ ਦਾ ਘੱਟ ਸੀ ਇਸਤੇਮਾਲ ਕੀਤਾ ਯੂਰੀਆ ਦਾ ਏਡਾ ਜ਼ਿਆਦਾ ਇਸਤੇਮਾਲ ਨਹੀਂ ਕੀਤਾ ਅੱਛਾ ਇਹ ਗਲਾਈਫੋਸੇਟ ਫ੍ਰੀ ਵੈਰਾਈਟੀ ਹੈ ਗਲਾਈਫੋਸੇਟ ਫ੍ਰੀ ਆ ਔਰ ਪਿੰਕ ਇਹ ਪਿੰਕ ਫ੍ਰੀ ਵੀ ਆ ਗੁਲਾਬੀ ਸੁੰਡੀ ਜੀ ਹਾਂ ਜੀ ਗੁਲਾਬੀ ਸੁੰਡੀ ਅੱਛਾ ਇਹ ਹੁੰਦਾ ਗੁਲਾਬੀ ਸੁੰਡੀ ਦਾ 70% 80% ਜਿਹੜਾ ਵਾ ਘੱਟ ਅਟੈਕ ਹੁੰਦਾ ਇਹਦੇ ਤੇ ਦੂਸਰੇ ਯਾਨੀ ਕਿ ਨਰਮੇਦੀ ਨਿਸਬਤ ਸਾਬ ਇਸ ਪੇ ਇਹ ਟਿੰਡੇ ਇੱਕ ਪੌਦੇ ਦੇ ਉੱਪਰ ਕਿੰਨੇ ਹੈ ਤਕਰੀਬਨ ਅੰਦਾਜ਼ਨ ਇਹ ਤਕਰੀਬਨ ਜੀ ਲੱਗ ਰਿਹਾ ਅਕਾਊਂਟਿੰਗ ਤੇ ਨਹੀਂ ਕੀਤੀ ਤੇ ਤੁਹਾਡਾ ਕੈਮਰਾ ਜਿਹੜਾ ਵਾ ਕੈਮਰਾਮੈਨ ਅਗਰ ਤੁਹਾਨੂੰ ਦਿਖਾਵੇ ਇਹ 100 ਪਲਸ ਟਿੰਡੇ ਆ ਤੇ ਇਸ ਤੋਂ ਪਹਿਲਾਂ ਇਹਦੀ ਚਣਾਈ ਵੀ ਕਰ ਲਈ ਆ ਤੁਹਾਨੂੰ ਕਿਸੀਆਂ ਵੀ ਨਜ਼ਰ ਆ ਰਹੀਆਂ ਹੋਣੀਆਂ ਤਕਰੀਬਨ ਅਸੀਂ ਕੋਈ 20 25 25 ਟਿੰਡੇ ਬਲਕੇ ਜ਼ਿਆਦਾ ਹੀ ਅਸੀਂ ਚੋਗਲੇ ਆ ਇਹ ਚੈੱਕ ਕਰ ਲੋ ਆਪਣਾ ਇਹ 100 ਪਲੱਸ ਟਿੰਡਾ ਅਲਹਮਦੁਲਿਲਾ ਇਹ ਨਹੀਂ ਕਾ ਕਿ ਵੀ ਇਹ ਫੀਲਡ ਦੇ ਵਿੱਚ ਤੁਹਾਨੂੰ ਪਿਆਰਾ ਬੂਟਾ ਲੱਗਾ ਇਸ ਤੋਂ ਅੱਗੇ ਵੀ ਤੁਹਾਨੂੰ ਅਸੀਂ ਦਿਖਾਣੇ ਆ ਤਕਰੀਬਨ ਸਾਡਾ ਅਲਹਮਦੁਲਿਲਾ ਫੀਲਡ ਐਵੇਂ ਦਾ ਹੀ ਆ ਅਗਰ ਤੁਹਾਡਾ ਕੈਮਰਾਮੈਨ ਉਧਰਲੀ ਸਾਈਡ ਨੂੰ ਦਿਖਾ ਸਕਦਾ ਤੇ ਚੈੱਕ ਰਵੇ ਅਬ ਇਹ ਪੌਦੇ ਸੇ ਪੌਦੇ ਦਾ ਫਾਸਲਾ ਕਿੰਨਾ ਰੱਖਿਆ ਆਪਨੇ ਇਹ ਸਰ ਪੌਦੇ ਤੋਂ ਪੌਦੇ ਦਾ ਫਾਸਲਾ ਪਹਿਲਾਂ ਸੀਗਾ ਸਾਡਾ ਕੋਈ 4 ਫੁੱਟ ਫੁੱਟ ਤੇ 6-6 ਇੰਚ ਤੇ ਜਦੋਂ ਬੀਜਦੇ ਆ ਨਰਮਾ ਬੀਜ ਦਾ ਵਾਕੇ ਕਿਸਾਨ ਕਹਿੰਦਾ ਕਿ ਮੈਂ ਤਰੋ ਬੀਜ ਦਾ ਯਾਨੀ ਕਿ ਜ਼ਿਆਦਾ ਕਰ ਰਵਾਂ ਕੱਲ ਨੂੰ ਮੈਨੂੰ ਕੋਈ ਪਰੇਸ਼ਾਨੀ ਨਾ ਬਣੇ ਲੇਕਿਨ ਉਸ ਤੋਂ ਬਾਅਦ ਸਾਨੂੰ ਇਹਦੀ ਛਤਰਾਈ ਕਰਨੀ ਪਈ ਪਰ ਬੂਟੇ ਦਾ ਫਾਸਲਾ ਸੀ ਜਿਹੜਾ ਰੱਖਿਆ ਕਮੋ ਵਿੱਚ 2 ਫੁੱਟ ਦਾ ਰੱਖਿਆ ਉਹ 2 ਫੁੱਟ ਦੇ ਵਿੱਚ ਸਾਨੂੰ ਜਿਹੜਾ ਮਹਿਸੂਸ ਹੋਇਆ ਵਾ ਕਿ ਵੀ ਉਹ ਅੱਛਾ ਯਾਨੀ ਕਿ ਉਹਨੇ ਸਾਨੂੰ ਰਿਜ਼ਲਟ ਦਿੱਤਾ ਜੀ ਇਹ ਵੀ ਦੇਖ ਲਓ ਦੂਸਰਾ ਅੱਗੇ ਵੀ ਤੁਹਾਨੂੰ ਫੀਲਡ ਦੇ ਵਿੱਚ ਪੌਦੇ ਵਿਖਾਏ ਨੇ ਇਹ ਦੇ ਨਾਲ ਜੇ ਇਧਰ ਲਿਆਓ ਕੈਮਰਾ ਜੀ ਅਗਰ ਤੁਹਾਡਾ ਕੈਮਰਾਮੈਨ ਇਧਰ ਆ ਸਕਦਾ ਇਹ ਵੇਖੋ ਇਹ ਦੇਖੋ ਇਸ ਹਰ ਪੌਦਾ ਜਿਹੜਾ ਇਨਸ਼ਾਅੱਲਾ ਤੁਹਾਨੂੰ 100 ਪ ਕਿ ਇਹ ਨਹੀਂ ਹੈ ਦਾ ਜ਼ਿੰਮੇਦਾਰ ਜਿਹੜੇ ਆ ਉੱਥੇ ਲੈ ਜਾਂਦੇ ਆ ਤੁਹਾਨੂੰ ਕਿ ਵੀ ਜਿੱਥੇ ਕੋਈ ਦੋ ਚਾਰ ਪੋਦੇ ਹੋਣ ਇਹ ਦੇਖੋ ਅਗਰ ਤੁਹਾਡਾ ਕੈਮਰਾਮੈਨ ਦਿਖਾ ਸਕਦਾ ਇਹ ਵੇਖੋ ਅਲਹਮਦੁਲਿਲਾ ਇਹ ਇੱਕ ਚੁਣਾਈ ਅਸੀਂ ਕਰ ਚੁੱਕੇ ਆ ਉੱਪਰ ਹੋਰ ਇਹਦੀ ਗਰੋਥ ਹੋ ਰਹੀ ਆ ਆ ਉੱਪਰ ਵੀ ਲਾਓ ਜੀ ਕੈਮਰਾਮੈਨ ਨੂੰ ਇਹ ਉੱਪਰ ਵੀ ਅੱਗੇ ਯਾਨੀ ਕਿ ਫੁੱਲ ਗੁੱਡੀ ਚੱਕੀ ਜਾਂਦੇ ਆ ਆਬ ਸਭ ਆਪਕਾ ਕੱਦ ਮੇਰੇ ਖਿਆਲ ਸੇ 6 ਫੁੱਟ ਪਲੱਸ ਹੈ ਹਾਂ ਜੀ ਕਿੰਨਾ ਕਿੰਨਾ ਕੱਦ ਆ ਆਪਕਾ ਜੀ ਜੀ ਤਕਰੀਬਨ ਤੁਸੀਂ ਬਿਲਕੁਲ ਠੀਕ ਕਿਹਾ ਮੇਰਾ 6 ਫੁੱਟ ਪਲੱਸ ਕੱਦ ਆ ਜੀ और ये आपसे ऊंचा जो है वो पौधा इसका ए, मतलब 6 फुट प्लस जी निकल गया तकरीबन यही तो से करो हले ग्रोथ कर रिया वा नरमा ग्रोथ जी, करनी जी, रुकया नहीं गा जी, जी, जी ये अभी इस पर जो है ना वो नए फूल निकल रहे हैं हाँ जी ये आगे सेम हर पौधा ही यानी कि तकरीबन अल्हम्दुलिल्लाह ऐसे तरह ही है ये या देखो बहुत शुक्रिया जी आप सब हादर सर दावेदार जी